ਨਕੋਦਰ ਨਿਊਜ਼ ਦੇਖ ਰਹੇ ਸਾਰੇ ਦਰਸ਼ਕਾਂ ਨੂੰ ਜੀ ਆਇਆਂ ਨੂੰ ਸਵਾਗਤ ਕਰਦੇ ਹਾਂ। ਤੁਹਾਨੂੰ ਅੱਜ ਲੈ ਕੇ ਆਏ ਹਾਂ ਨਕੋਦਰ ਦੀ ਵਿਸ਼ਾਲ ਸ਼ੋਭਾ ਯਾਤਰਾ, ਜੋ ਕਿ ਸ਼ੋਭਾ ਯਾਤਰਾ ਮਹਾਸ਼ਿਵਰਾਤਰੀ ਦੇ ਸੰਬੰਧ ਦੇ ਵਿੱਚ ਮੇਰੇ ਪਿੱਛੇ ਪਿੱਛੇ ਤੁਸੀਂ ਨਾਲ ਨਾਲ ਤੁਸੀਂ ਵੇਖੋਗੇ ਸ਼ੋਭਾ ਯਾਤਰਾ, ਵਿਸ਼ਾਲ ਸ਼ੋਭਾ ਯਾਤਰਾ ਨਕੋਦਰ ਦੀ, ਬਹੁਤ ਹੀ ਮਹਾਨ ਸ਼ੋਭਾ ਯਾਤਰਾ ਤੁਹਾਨੂੰ ਅਸੀਂ ਵਿਖਾਉਣ ਜਾ ਰਹੇ ਹਾਂ। ਨਕੋਦਰ ਵਾਸੀਆਂ ਨੂੰ ਲੱਖ ਲੱਖ ਵਧਾਈਆਂ ਮਹਾਸ਼ਿਵਰਾਤਰੀ ਦੀਆਂ। ਹਰ ਸਾਲ ਦੀ ਤਰ੍ਹਾਂ ਇਸ ਸਾਲ ਵੀ ਕੋਹਲੀ ਸੁਪਰ ਮਾਰਕੀਟ ਲੰਗਰ ਲਗਾਇਆ ਜਾ ਰਿਹਾ ਹੈ। ਮਹਾਸ਼ਿਵਰਾਤਰੀ, ਜੈ ਸ਼ਿਵਰਾਤਰੀ, ਜੈ ਮਹਾਦੇਵ, ਜੈ ਮਹਾਦੇਵ, ਜੈ ਮਹਾਦੇਵ। ਇੱਥੇ ਐਮ ਸੀ ਮੌਜੂਦ ਨੇ, ਉਹਨਾਂ ਨਾਲ ਗੱਲਬਾਤ ਕਰਦੇ ਹਾਂ, ਉਹਨਾਂ ਤੋਂ ਵਧਾਈਆਂ ਲੈਂਦੇ ਹਾਂ ਸ਼ੋਭਾ ਯਾਤਰਾ ਦੀਆਂ। ਮੇਰੇ ਵੱਲੋਂ ਮਹਾਸ਼ਿਵਰਾਤਰੀ ਦੀਆਂ ਸਾਰੇ ਸ਼ਹਿਰ ਵਾਸੀਆਂ ਨੂੰ ਬਹੁਤ ਬਹੁਤ ਮੁਬਾਰਕਾਂ। ਔਰ ਥੋੜ੍ਹੀ ਦੇਰ ਦੇ ਵਿੱਚ ਸ਼ੋਭਾ ਯਾਤਰਾ ਇੱਥੇ ਪਹੁੰਚ ਜਾਣੀ ਹੈ। ਸ਼ੋਭਾ ਯਾਤਰਾ ਵਾਸਤੇ ਹਰ ਸਾਲ ਦੀ ਤਰ੍ਹਾਂ ਇਸ ਸਾਲ ਵੀ ਸਾਡੇ ਵੱਲੋਂ ਇਹ ਪੂਰੀਆਂ ਛੋਲਿਆਂ ਦਾ ਜਿਹੜੇ ਲੰਗਰ ਹੈ ਉਹ ਤਿਆਰ ਕੀਤਾ ਗਿਆ ਹੈ, ਔਰ ਸਾਰਿਆਂ ਨੂੰ ਬੜੀ ਸ਼ਰਧਾ ਪੂਰਵਕ ਕੀ ਕਹਿੰਦੇ ਹੁੰਦੇ ਆ ਵੀ ਵਰਤਾਇਆ ਜਾਏਗਾ। ਅੱਜ ਮਹਾਸ਼ਿਵਰਾਤਰੀ ਦੇ ਸ਼ੁਭ ਦਿਹਾੜੇ 'ਤੇ ਮੈਂ ਆਪਣੇ ਵੱਲੋਂ, ਆਪਣੇ ਸਾਰੇ ਸਾਥੀ ਕੌਂਸਲਰ ਸਾਹਿਬਾਨਾਂ ਵੱਲੋਂ, ਮਹਾਸ਼ਿਵਰਾਤਰੀ ਉਤਸਵ ਕਮੇਟੀ ਵੱਲੋਂ, ਪੂਰੇ ਇਲਾਕੇ 'ਚ, ਦੇਸ਼ਾਂ ਵਿਦੇਸ਼ਾਂ 'ਚ ਸਾਰੇ ਬੈਠੇ ਪੰਜਾਬੀਆਂ ਨੂੰ ਅੱਜ ਦੇ ਸ਼ੁਭ ਦਿਹਾੜੇ ਦੀ ਬਹੁਤ ਬਹੁਤ ਵਧਾਈ ਦਿੰਦਾ। ਉਸ ਗੁਰੂ ਪਰਮਾਤਮਾ ਅੱਗੇ ਅਰਦਾਸ ਕਰਦਾ ਕਿ ਮੇਰੇ ਇਲਾਕੇ ਨੂੰ ਹਮੇਸ਼ਾ ਤਰੱਕੀਆਂ ਔਰ ਮਾਣ ਬਖਸ਼ਣ। ਹਰ ਹਰ ਮਹਾਦੇਵ, ਜੈ ਸ਼ੰਕਰ। ਸ਼ਿਵਰਾਤਰੀ ਦਾ ਜਿਹੜਾ ਤਿਉਹਾਰ ਸਾਡੇ ਸਾਰੇ ਹੀ ਨਕੋਦਰ ਵਾਸੀ ਬੜੇ ਹੁੰਮ ਹੁੰਮ ਆ ਕੇ ਮਨਾ ਰਹੇ ਆ। ਪਰਮਾਤਮਾ ਅੱਗੇ ਅਰਦਾਸ ਕਰਦੇ ਹਾਂ ਸਭ ਦੀ ਆਸਾਂ ਮੁਰਾਦਾਂ ਭੋਲੇ ਬਾਬਾ ਪੂਰੀਆਂ ਕਰਨ, ਔਰ ਸਾਰੇ ਹੀ ਨਕੋਦਰ ਵਾਸੀ ਇਸ ਦਾ ਆਨੰਦ ਮਨ। ਜੈ ਸ਼੍ਰੀ ਰਾਮ, ਬੰਮ ਬੰਮ ਬੋਲੀ। ਦੇ ਸ਼ੁਭ ਮੌਕੇ 'ਤੇ ਮਹਾਸ਼ਿਵਰਾਤਰੀ ਦਾ ਉਤਸਵ ਬੜੀ ਧੂਮਧਾਮ ਨਾਲ ਨਕੋਦਰ ਇਲਾਕੇ ਦੇ ਸੰਯੋਗ ਨਾਲ ਮਨਾਇਆ ਜਾ ਰਿਹਾ ਵਾ। ਉਹ ਸਾਰੇ ਨਕੋਦਰ ਇਲਾਕੇ ਦੇ ਨਕੋਦਰ ਇਲਾਕੇ ਦੇ ਵਧਾਈਆਂ ਦਿੰਦੇ ਹਾਂ ਕਿ ਸਾਰੇ ਉਹਦੇ ਇਲਾਕੇ ਵੱਲੋਂ ਵੀ ਬੜੀ ਧੂਮਧਾਮ ਦੇ ਨਾਲ ਸ਼ੁਭ ਆਪਣੇ ਇਹਦੇ ਵਿੱਚ ਸ਼ਾਮਿਲ ਹੋ ਰਹੇ ਆ ਔਰ ਸ਼ੋਭਾ ਨੂੰ ਬਣਾ ਰਹੇ ਆ। ਸਾਰਿਆਂ ਨੂੰ, ਦੇਸ਼ ਨੂੰ ਲੱਖ ਲੱਖ ਵਧਾਈ ਹੋਵੇ।
ਰਹੀ ਆ ਜਿਹੜੀ ਸ਼ਹਿਰ ਦੀ ਪਰਿਕਰਮਾ ਕਰਦੀ ਹੋਈ ਵਾਪਸ ਇੱਥੇ ਸਮਾਪਤ ਹੋਵੇਗੀ। ਸਾਡੇ ਨਾਲ ਅੱਜ ਇੱਥੇ ਬਹੁਤ ਸਾਰੇ ਮਹਿਮਾਨ ਜੁੜ ਚੁੱਕੇ ਨੇ, ਜਿਨ੍ਹਾਂ ਦੇ ਵਿੱਚ ਸਾਡੇ ਪ੍ਰਧਾਨ ਨਰੇਸ਼ ਖਾਨ ਜੀ, ਉਹਨਾਂ ਦੇ ਨਾਲ ਹੋਰ ਨਿਸ਼ੂ ਮਰਵਾਹਾ ਜੀ, ਹੋਰ ਸਾਰੇ ਮਹਿਮਾਨ ਪਤਵੰਤ ਸੱਜਣ ਸਾਡੇ ਨਾਲ ਮੌਜੂਦ ਨੇ। ਤੋ ਸ਼ੋਭਾ ਦਾ ਇੱਧਰ ਜੀ ਜੋ ਸ਼ੁਰੂਆਤ ਹੈ, ਅਸੀਂ ਪ੍ਰਧਾਨ ਨਰੇਸ਼ ਖਾਨ ਜੀ ਨੂੰ ਬੇਨਤੀ ਕਰਾਂਗੇ ਉਹ ਕਿਸ ਤਰ੍ਹਾਂ ਕਰਦੇ ਨੇ, ਕੀ ਉਹਨਾਂ ਦੇ ਵਿਚਾਰ ਨੇ। ਸਾਰਿਆਂ ਤੋਂ ਪਹਿਲਾਂ ਤਾਂ ਜੈਕਾਰ ਵੀਰ ਬਜਰੰਗੇ, ਅੱਜ ਦੇ ਸ਼ੁਭ ਦਿਹਾੜੇ ਉੱਪਰ ਮੈਂ ਆਪਣੇ ਵੱਲੋਂ ਮਹਾਂਸ਼ਿਵਰਾਤਰੀ ਉਤਸਵ ਕਮੇਟੀ ਵੱਲੋਂ ਸਾਰਿਆਂ ਦਾ ਧੰਨਵਾਦ ਕਰਦਾ ਹਾਂ ਅਤੇ ਪੂਰੇ ਸ਼ਹਿਰ ਨੂੰ, ਇਲਾਕੇ ਨਿਵਾਸੀਆਂ ਨੂੰ ਅੱਜ ਦੇ ਦਿਨ ਦੀ ਲੱਖ ਲੱਖ ਵਧਾਈ ਦਿੰਦਾ ਹਾਂ। ਅਤੇ ਇੱਥੇ ਪਹੁੰਚਣ ਦੇ ਆਏ ਹੋਏ ਸਾਰੇ ਪਤਵੰਤ ਸੱਜਣ ਜਿੰਨੇ ਵੀ ਸੱਜਣ ਮਿੱਤਰ ਆਏ ਆ, ਮੈਂ ਉਹਨਾਂ ਦਾ ਬਹੁਤ ਬਹੁਤ ਧੰਨਵਾਦ ਕਰਦਾ ਹਾਂ। ਜੈਕਾਰ ਵੀਰ ਬਜਰੰਗੇ। ਤੋ ਸ਼ੋਭਾ ਯਾਤਰਾ ਦਾ ਸ਼ੁਰੂਆਤ ਹੋ ਚੁੱਕੀ ਆ ਸੁਮਿਤ ਢੀਂਗੜਾ ਦੇ ਨਾਲ। ਨਕੋਦਰ ਨਿਊਜ਼ ਰਿਪੋਰਟ, ਸੁਸ਼ੀਲ ਢੀਂਗੜਾ।